ਧੀਆਂ ਆਪਣੇ ਘਰ ਵਿੱਚ ਜਿੰਨੀਆਂ ਮਰਜ਼ੀ ਸੁਖੀ ਹੋਣ, ਫੇਰ ਵੀ ਉਹਨਾਂ ਨੂੰ ਮਾਪਿਆਂ ਤੋਂ ਈਦ ਦੀ ਆਸ ਹੁੰਦੀ ਹੈ। ਮਾਪਿਆਂ ਦੇ ਘਰੋਂ ਆਉਣ ਵਾਲੀ ਈਦ ਦੀ ਇੱਕ ਆਪਣੀ ਖੁਸ਼ੀ ਹੁੰਦੀ ਹੈ। ਧੀਆਂ ਪਰਦੇਸ ਹੋਣ ਤੇ ਉਹਨਾਂ ਨੂੰ ਪਿੱਛੇ ਮਾਪਿਆਂ ਦੀ ਫਿਕਰ ਰਹਿੰਦੀ ਹੈ। ਰੱਬਾ ਮਾਪਿਆਂ ਦੀ ਖੈਰ ਹੋਵੇ, ਮਾਪਿਆਂ ਦੇ ਘਰੋਂ ਸਾਨੂੰ ਠੰਡੀਆਂ ਹਵਾਵਾਂ ਆਉਣ। ਅੱਲਾ ਪਾਕ ਸਾਡੇ ਮਾਪੇ ਸਲਾਮਤ ਰੱਖੀ, ਅੱਲਾ ਸਾਰੀਆਂ ਧੀਆਂ ਦੇ ਮਾਪੇ ਸਲਾਮਤ ਰੱਖੀ।